ਹੈਲੋ, ਅਸਲਾਮ ਵਾਲੇਕੁਮ। ਮੈਂ ਤੁਹਾਡਾ ਭਾਈ ਮੁਹੰਮਦ ਆਸਫ, ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮਾਸਫ.ਵਿਲੇਜ। ਤੁਹਾਨੂੰ ਦੱਸਾਂ ਵੀ ਮੁਲਤਾਨ ਦੀ ਸਾਈਡ 'ਤੇ ਗਰਮੀ ਬੜੀ ਸੀ, ਸ਼ਿਦਤ ਬਹੁਤ ਜ਼ਿਆਦਾ ਵੱਧ ਗਈ ਹੈ। ਵਿੱਚ ਸਾਡੀ ਸਾਈਡ 'ਤੇ ਨਾ ਜਿਹੜੀਆਂ ਚੀਜ਼ਾਂ ਪਹਿਲੇ ਨਹੀਂ ਨਾ ਤਿਆਰ ਹੋ ਰਹੀਆਂ ਸੀ, ਮਕਈ ਵਗੈਰਾ ਤੋਂ ਆਪਣੀ ਲਿਮਟ ਤੋਂ ਉਦੋਂ ਤਿਆਰ ਹੋ ਗਈਆਂ। ਗਰਮੀ ਦੀ ਸ਼ਿਦਤ ਸਾਡੇ ਯਾਰ ਬਹੁਤ ਜ਼ਿਆਦਾ ਹੈ, ਠੀਕ ਹੈ। ਲੇਕਿਨ ਮੁਲਤਾਨ 'ਚ ਅੱਗੇ ਵੀ ਗਰਮੀ ਬੜੀ ਪੈਂਦੀ ਹੈ ਮਾਸ਼ਾਅੱਲਾ। ਅਤੇ ਜਿਹੜੀ ਫਸਲ ਵਕਤ ਪਹਿਲਾਂ ਵੀ ਤਿਆਰ ਹੋ ਜਾਵੇ ਫਿਰ ਰੋਜ਼ੀ ਤਾਂ ਖੁਦਾ ਨੇ ਦੇਣੀ ਹੁੰਦੀ, ਲੇਕਿਨ ਨੁਕਸਾਨ ਹੋ ਜਾਂਦਾ। ਹੁਣ ਦਾ ਨਹੀਂ ਪਤਾ ਵੀ ਕੀ ਬਣਦਾ, ਲੇਕਿਨ ਇਹਨਾਂ ਦਿਨਾਂ ਵਿੱਚ ਅੱਗੇ ਮਕਈਆਂ ਦੀ ਕਟਾਈ ਨਹੀਂ ਸ਼ੁਰੂ ਹੋਈ ਹੁੰਦੀ, ਇਹਨਾਂ ਦਿਨਾਂ ਦੇ ਵਿੱਚ ਹੁਣ ਮਕਈ ਦੀ ਕਟਾਈ ਵੀ ਸ਼ੁਰੂ ਹੋਈ ਹੈ। ਅਤੇ ਆਹ ਵੇਖਣਾ, ਆਹ ਬਸ ਹੁਣ ਤਿਲ ਗੱਡੇ ਨੇ, ਅਤੇ ਤੁਹਾਨੂੰ ਵੀ ਖਾਂਦੇ ਹਾਂ ਵੀ ਜਿਹੜੇ ਵੱਡੇ ਤਿਲ ਨੇ ਨਾ, ਅਜੇ ਉਹਨਾਂ ਆਪਣੀ ਮੁੱਦਤ ਨਾਲ ਹੀ ਤਿਆਰ ਹੋਣਾ ਸੀ, ਲੇਕਿਨ ਉਹ ਆਪਣੀ ਮੁੱਦਤ ਤੋਂ ਪਹਿਲਾਂ ਹੀ ਤਿਆਰ ਹੋ ਗਏ ਨੇ। ਆਹ ਵੇਖਣਾ ਲੋ ਜਿਹੜੀ ਚੱਲਦੀ ਹੈ ਨਾ ਲੋ, ਅਤੇ ਬੁੰਨੀ ਸੜੀ ਜਾਂਦੀ ਹੈ, ਕੋਈ ਪੱਲੇ ਹੀ ਕੋਈ ਨਹੀਂ ਕਿਸੇ ਚੀਜ਼ ਦੇ। ਹਰ ਬੰਦਾ ਜਿਹੜਾ ਨਾ ਮਿਹਨਤ ਮਜ਼ਦੂਰੀ ਕਰਦਾ ਪਿਆ, ਅਤੇ ਗਰਮੀ ਦੀ ਸ਼ਿੱਦਤ ਤੋਂ ਜ਼ਿਆਦਾ ਟੈਂਪਰੇਚਰ ਬੜਾ ਹਾਈ ਹੈ, ਅਤੇ ਫਿਰ ਹਾਈ ਟੈਂਪਰੇਚਰ ਦੇ ਵਿੱਚ ਵੀ ਸਾਡੇ ਲੋਕ ਜਿਹੜੇ ਨੇ ਬੜੀ ਮਾਸ਼ਾਅੱਲਾ ਮਿਹਨਤੀ ਨੇ ਆਪਣਾ ਕੰਮ ਕਰਦੇ ਪਏ ਨੇ। ਅਤੇ ਅਸਾਂ ਵੀ ਜਿਹੜੇ ਨਾ ਅੱਜ ਮੈਂ ਤਾਂ ਆਇਆ ਸੀ ਦੁਪਹਿਰ ਕੋਲ ਇਹਦੇ ਖਤਮ ਤੋਂ ਹੋ ਤੇ, ਅਤੇ ਗਰਮੀ ਦੀ ਸ਼ਿੱਦਤ ਹੋਣ ਦੇ ਬਾਵਜੂਦ ਆ ਮੇਰੇ ਸਿਰ ਨੂੰ ਚੱਕਰ ਆਉਂਦੇ ਪਏ ਨੇ, ਠੀਕ ਹੈ। ਅਤੇ ਪਾਣੀ ਲਾਇਆ ਹੈ ਤਿਲਾਂ ਨੂੰ ਅਤੇ ਤਿਲ ਖਰਾਬ ਨਾ ਹੋ ਜਾਣ, ਠੀਕ ਹੈ। ਮਾੜੇ ਨੇ ਜੇ ਚੰਗੇ ਨੇ ਤਿਲ, ਠੀਕ ਹੈ। ਗੱਡੇ ਸੀ ਤੇਲ ਇਹ ਪੀਲੇ ਸ਼ੀਲੇ ਹੋ ਗਏ ਨੇ, ਮੇਰਾ ਤਜਰਬਾ ਜ਼ਾਤੀ ਕੋਈ ਨਹੀਂ ਖਾਂਦੇ ਵਿੱਚ। ਮੈਂ ਤਾਂ ਕਹਿੰਦਾ ਵੀ ਵਕਤ ਤੋਂ ਪਹਿਲੇ ਤਿਆਰ ਹੋ ਗਏ ਨੇ ਜਾਂ ਵਕਤ ਤੋਂ ਇਸ ਤਰ੍ਹਾਂ ਦੇ, ਠੀਕ ਹੈ, ਇਹ ਤਿਆਰ ਹੋ ਗਏ ਨੇ। ਬਸ ਮੈਂ ਹੁਣ ਪਾਣੀ ਦਿੱਤਾ ਵੀ ਜ਼ਿਆਦਾ ਗਰਮੀ ਦੀ ਵਜ੍ਹਾ ਨਾਲ ਨਾ ਦਾਣੇ ਨੂੰ ਖਸਾਰਾ ਨਾ ਪੈ ਜਾਏ, ਠੀਕ ਹੈ। ਅਤੇ ਫਿਰ ਇਹਨਾਂ ਦੀ ਕਟਾਈ ਸ਼ੁਰੂ ਕਰ ਲੈਂਦੇ ਹਾਂ। ਅਤੇ ਉਹ ਹੋਇਆ ਨਾ ਚੰਨ ਸੱਜਣਾ ਵੇ, ਹੈਂ ਇਹ ਚੰਨ ਸੱਜਣਾ ਦਾ ਕੰਮ ਹੋਇਆ ਪਿਆ ਵੇ ਆਪਣਾ ਜਿਹੜਾ ਨਾ ਫਸਲ ਵੀ ਕਿਸੇ ਕੰਮ ਦੀ ਕੋਈ ਨਹੀਂ, ਅਤੇ ਕਣਕ ਦੀ ਅੱਗੇ ਤੁਹਾਨੂੰ ਪਤਾ ਵੀ ਹਾਲਤ ਕੀ ਹੋਈ ਪਈ ਹੈ, ਇਹਦਾ ਤਾਂ ਬੜਾ ਮੰਦਾ ਹਾਲ ਹੋਇਆ ਪਿਆ, ਠੀਕ ਹੈ। ਤਾਂ ਫਿਰ ਮੈਂ ਪਲੇਟਾਂ ਸਿਲਵਾਈਆਂ ਜਾਂ ਸੋਲਜ਼ਰ ਦਾ, ਇਹ ਸ਼ੁਕਰ ਆ ਅੱਲਾਹ ਦਾ ਜਿਹੜਾ ਅਸਾਂ ਪਾਣੀ ਆਪਣਾ ਬਣਾ ਲਿਆ, ਠੀਕ ਹੈ। ਹੁਣ ਅਗਾਂਹ ਤਾਂ ਕਰਮ ਨਵਾਜ਼ੀ ਹੈ ਨਾ ਰੱਬ ਦੀ ਵੀ ਆਵਾਮ ਤਾਂ ਖੁਸ਼ ਹੋਇਆ, ਅਤੇ ਫਿਰ
ਕੋਈ ਅਹਿਸਾਸ ਪੈਦਾ ਕਰ ਸੀ ਹੁਕਮਰਾਨਾਂ ਦੇ ਵਿੱਚ, ਜੇ ਨਾਰਾਜ਼ ਹੋਇਆ ਤਾਂ ਫਿਰ ਜਿਵੇਂ ਮਾਂਡੂ ਲੱਗਾ ਖਲੋਤਾ ਇਵੇਂ ਮਾਂਡੂ ਰਹਿਣਾ। ਵਾਲੇਕੁਮ ਸਲਾਮ। ਆ ਤਿਲ ਤਿਆਰ ਨਹੀਂ ਹੋ ਗਏ? ਹੈਂ, ਮੈਂ ਅੱਗੇ ਆਈ ਹੋ, ਪਾਣੀ ਆਖਰੀ ਹੋ ਸੀ। ਹੈਂ, ਆ ਹੁਣ ਮੈਂ ਤਾਂ ਪਾਣੀ ਲਾ ਦੇਣਾ, ਕੁਝ ਦਸਵੇਂ ਦੇ ਹੱਥ ਲਾ ਦਿਆਂ। ਹੈਂ, ਹਾਂ ਹਾਂ ਤੁਹਾਨੂੰ ਠੀਕ ਹੈ। ਮਸ਼ਵਰਾ ਕਰਦੇ ਪਏ ਸੀ ਵੀ ਤਿਲ ਜਿਹੜੇ ਨੇ ਕੀ ਕਰਨਾ ਚਾਹੀਦਾ, ਅਤੇ ਕਹਿੰਦੇ ਪਏ ਸੀ ਵੀ ਤਿਲ ਪੱਕ ਗਏ ਨੇ ਅਤੇ ਤਿਲਾਂ ਨੂੰ ਵੱਢ ਲੈਣਾ ਚਾਹੀਦਾ, ਅਤੇ ਕਟਾਈ ਦਾ ਅਮਲ ਸ਼ੁਰੂ ਕਰਦੇ ਹਾਂ। ਅਤੇ ਜਿਹੜਾ ਕਟਾਈ ਦਾ ਅਮਲ ਹੁੰਦਾ, ਅਤੇ ਗਰਮੀ ਦੀ ਯਾਰ 5 ਵਜੇ ਤੱਕ ਯਾਰ ਗਰਮੀ ਪੈਂਦੀ ਹੈ, ਸ਼ਿੱਦਤ 5 ਵਜੇ ਤੱਕ, ਅਜੇ ਗਰਮੀ ਦੀ ਸ਼ਿੱਦਤ ਇਤਨੀ ਹੈ ਵੀ 5 ਵਜੇ ਤੱਕ ਵੀ ਟੈਂਪਰੇਚਰ ਹਾਈ ਖਲੋਤਾ ਹੈ। ਲੋ ਕੋਈ ਨਹੀਂ ਹੁੰਦਾ, ਹੁੰਦਾ ਨਾ ਵੀ ਲੋ ਟੈਂਪਰੇਚਰ ਹੋ ਜਾ, ਫਿਰ ਉਹ ਗੱਲ ਕੋਈ ਨਹੀਂ, ਬੜਾ ਹਾਈ ਟੈਂਪਰੇਚਰ ਖਲੋਤਾ ਹੈ। ਠੀਕ ਹੈ, ਕਿਆ ਤੁਹਾਨੂੰ ਤਿਲ ਵਗੈਰਾ ਵੀ ਖਾਈਏ ਨਾਲ, ਗੁਆਢੀਆਂ ਦੇ ਤਿਲ ਨੇ। ਠੀਕ, ਇਹ ਯਾਦ ਨਹੀਂ ਆਵੇ ਸੋਹਣਿਆ, ਇੰਝ ਨਾ ਕਰ ਸਾਡੇ ਨਾਲ, ਇਹ ਉਸ ਆਉਣ 'ਤੇ ਤਿਆਰ ਹੋਏ ਖਲੋਤੇ ਨੇ, ਇਹਨਾਂ ਆਉਣਾ ਕੋਈ 9ਵੇਂ ਮਹੀਨੇ 8ਵੇਂ ਮਹੀਨੇ ਜਾਂ 9ਵੇਂ, ਅਤੇ ਇਹ ਕੋਈ ਵੱਲ ਰਹਿ ਜਾਣ ਦੇ, ਇਹ ਆ ਚੰਨ ਸੱਜਣਾ ਰਹੇ ਜਿਹੜੇ ਨੇ ਨਾ ਤਿਲ, ਉਹ ਤਿਆਰ ਹੋ ਗਏ ਨੇ, ਉਹ ਆਦਮੀ ਚੰਨ ਸੱਜਣਾ ਲੇੜੇ ਉਹ ਇਹ ਗੱਲਾਂ ਕਰਦੇ ਨੇ ਵੀ ਹੁਣ ਸਾਨੂੰ ਵੱਢ ਲਾ। ਅਤੇ ਮੈਂ ਕਹਿੰਦਾ ਵੀ ਠੀਕ ਹੈ, ਹੁਣ ਤੁਹਾਨੂੰ ਵੱਢਣਾ ਹੀ ਹੈ, ਮੈਨੂੰ ਹੁਣ ਕੋਈ ਵੱਢਦੇ ਹਾਂ ਚੰਨ ਸੱਜਣਾ ਨੂੰ। ਹੈਂ, ਅਤੇ ਅੱਲਾ ਕਰ ਸੀ ਤਿਲਾਂ ਦਾ ਕੋਈ ਰੇਟ ਵੱਲ ਹੋ ਸੀ ਅਤੇ ਵੇਚ ਛੱਡਦੇ ਹਾਂ ਗੇਤਰੇ ਤਿਲ ਨੇ, ਅਤੇ ਸੁਰਤ ਹਾਲ ਤੁਹਾਨੂੰ ਵਿਖਾਈਏ। ਪਾਣੀ ਲਾਇਆ ਹੈ, ਪਾਣੀ ਜਿਹੜਾ ਨਾ ਪਾਣੀ ਦੀ ਵਜ੍ਹਾ ਸੀ ਦਾਣਾ ਨਾ ਹਰਾ ਜਾਣ, ਠੀਕ ਹੈ, ਪਾਣੀ ਇਸ ਵਾਸਤੇ ਲਾਇਆ ਸੀ। ਇਹਦੇ ਤੋਂ ਬਾਅਦ ਪਾਣੀ ਮੈਂ ਕਹਿੰਦਾ ਬੰਦ ਕਰ ਦੇਣਾ, ਪਾਣੀ ਲਾਉਣਾ ਹੀ ਕੋਈ ਨਹੀਂ, ਇਹ ਪਾਣੀ ਦਾ ਆਖਰੀ ਹੈ। ਠੀਕ ਹੈ, ਅੱਲਾ ਹੁਣ ਖੈਰ ਕਰ ਸੀ, ਜਿਹੜੀ ਮੁੜ ਰੋਜ਼ੀ ਹੋਈ ਉਸ ਦੇਣੀ ਤਾਂ ਹੈ ਨਾ। ਅਤੇ ਹੁਣ ਤੁਸੀਂ ਜਿਹੜੇ ਨਾ ਸਾਡੇ ਚੈਨਲ ਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਅਤੇ ਵੀਡੀਓ ਵਾਚ ਵੀ ਕਰੋ, ਅਤੇ ਸਪੋਰਟ ਵੀ ਕਰੋ। ਠੀਕ ਹੈ, ਅਤੇ ਸਪੋਰਟ ਕਰਨ ਨਾਲ ਕੁਝ ਵੀ ਨਹੀਂ ਹੋ ਜਾਂਦਾ, ਹੌਸਲਾ ਅਫਜ਼ਾਈ ਹੁੰਦੀ ਹੈ। ਠੀਕ, ਇਸ ਵਲੌਗ ਦਾ ਨਾ ਇੱਥੇ ਐਂਡ ਕਰਦੇ ਹਾਂ, ਅੱਲਾ ਹਾਫਿਜ਼।